हेलो डियर स्टूडेंट्स हवाई यू ऑल वेलकम बैक टू दी सैशन ऑफ क्लास सिक्सथ साइंस सब्जेक्ट डीयर स्टूडेंट्स थोड़ा साइंस ओलंपियाड का पेपर जोड़ा हो उसकी आंसर की थोड़े तो नाझी की जा रही है इस वि जो पहला क्वेश्चन कि कैलशियम वो स्ट्रोंग बोनस से है तीर्थ ज़रूरी हूँ है ਇਸ ਤੋਂ ਬਾਅਦ ਵਿਦਿਆਰਥੀਓ ਸੈਕਿੰਡ ਕੁਐਸਚਨ ਸਿਗਾ ਮਾਸਪੇਸ਼ੀ ਨੂੰ ਹੱਡੀਆਂ ਨਾਲ ਜੋੜਨ ਵਾਲੇ ਰੇਸ਼ੇदार ਟਿਸ਼ੂ ਉਹਨਾਂ ਨੂੰ ਬੱਚੋ ਟੈਂਡਨ ਆਖਦੇ ਹਨ ਮਨੁੱਖੀ ਪਿੰਜਰ ਦੇ ਵਿੱਚ ਵਿੱਚੋਂ 206 ਹੱਡੀਆਂ ਤੇ ਬਾਕੀ ਕਾਰਟਿਲੇਜ ਪ੍ਰੈਜ਼ੈਂਟ ਹੁੰਦੇ ਹਨ ਕਾਰਬੋਹਾਈਡਰੇਟ ਦੀ ਪਰਖ ਲਈ ਵਿੱਚੋਂ ਅਸੀਂ ਆਇਓਡੀਨ ਦਾ ਘੋਲ ਵਰਤਦੇ ਹਾਂ ਇੱਥੇ ਕਾਪਰ ਸਲਫੇਟ ਵੀ ਹੈ ਕਾਸਟਿਕ ਸੋਡਾ ਹੈ ਜੋ ਕਿ ਵਿੱਚੋਂ ਪ੍ਰੋਟੀਨ ਦੀ ਪਰਖ ਲਈ ਹੁੰਦਾ ਹੈ ਖੇੜੀਆਂ ਵਿੱਚੋਂ ਕਿਹੜਾ ਗੁੰਝਲਦਾਰ ਕਾਰਬੋਹਾਈਡਰੇਟ ਹੈ ਬੱਚੋ ਜਿਹੜਾ ਸਟਾਰਚ ਹੈ ਇੱਕ ਗੁੰਝਲਦਾਰ ਕਾਰਬੋਹਾਈਡਰੇਟ ਹੈ ਚੀਨੀ ਜਿਹੜੀ ਹੈ ਇੱਕ ਅ ਦੋ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ ਗਲੂਕੋਜ਼ ਤੇ ਫਰਕਟੋਜ਼ ਠੀਕ ਹੈ ਚਲੋ ਉਹ ਤੁਹਾਡੇ ਸਿਲੇਬਸ 'ਚ ਨਹੀਂ ਹੈ ਪਰ ਤੁਹਾਨੂੰ ਪਤਾ ਹੋਵੇ ਥੋੜਾ ਜਿਆਦਾ ਪ੍ਰਾਕੋਸ਼ ਵਿੱਚੋਂ ਕਿੱਥੇ ਬਣਦੇ ਹਨ ਇਹ ਪ੍ਰਾ ਪ੍ਰਾਕੋਸ਼ ਡੈਸ਼ ਪੈਦਾ ਕਰਦੇ ਹਨ ਬੱਚੋ ਪ੍ਰਾਕਣ ਪੈਦਾ ਕਰਦੇ ਹਨ ਇਹ ਲਿਖਿਆ ਵਿੱਚੋਂ ਕਿਹੜਾ ਗੇਨ ਗੁਤੀ ਜੋੜ ਹੈ ਬੱਚੋ ਇੱਥੇ ਆਨਸਰ ਜਿਹੜਾ ਹੈ ਮੋਢਾ ਆਣਾ ਸੀ ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡੀ ਹੱਡੀ ਜਿਹੜੀ ਹੈ ਉਸ ਨੂੰ ਬੱਚੋ ਅਸੀਂ ਟਿਮਰ ਆਖਦੇ ਹਾਂ ਕੀ ਆਖਦੇ ਹਾਂ ਟਿਮਰ ਆਖਦੇ ਹਾਂ ਓਕੇ ਉਸ ਤੋਂ ਬਾਅਦ ਨੈਕਸਟ ਹੈਗਾ ਆ ਚਿੱਤਰ ਵਿੱਚ ਕਿਸ ਕਿਸਮ ਦੇ ਚੁੰਬਕ ਦਿਖਾਇਆ ਗਿਆ ਹੈ ਬੱਚੋ ਇਹ ਵੀ ਈਜ਼ੀ ਹੈ ਰਿੰਗ ম্যাগਨੇਟ ਹੈ ਉਸ ਤੋਂ ਬਾਅਦ ਨੈਕਸਟ ਹੈ ਸੀ ਐਫ ਐਲ ਨੂੰ ਕੀ ਕਹਿੰਦੇ ਹਨ ਕੰਪੈਕਟ ਫਲੋਰੋਸੈਂਟ ਲੈਂਪ ਠੀਕ ਹੈ ਉਸ ਤੋਂ ਬਾਅਦ ਵਿਦਿਆਰਥੀਓ ਨੈਕਸਟ ਜਿਹੜਾ ਕੁਸ਼ਣ ਸੀ ਇਹ ਹੈਗਾ ਬੱਚੋ ਇਹਦੇ ਵਿੱਚ ਆਨਸਰ ਆਣਾ ਸੀ 10 ਮਿਲੀਲੀਟਰ ਜਿਹੜੇ ਆ 1 ਸੈਂਟੀਮੀਟਰ ਦੇ ਬਰਾਬਰ ਹੁੰਦੇ ਹਨ ਕੋਕਰੋਚ ਦੇ ਕਿੰਨੇ ਲੱਤਾਂ ਦੇ ਕਿੰਨੇ ਜੋੜੇ ਹੁੰਦੇ ਹਨ ਬੱਚੋ ਇਹਦੇ ਤਿੰਨ ਪੇਅਰ ਜਿਹੜੇ ਆ ਉਹ ਹੁੰਦੇ ਹਨ ਅਗਲਾ ਹੈ ਵਿਚ ਬਟ ਪਲਾਂਟ दैट ਲਿਵ ਇਨ ਅ ਡਰਾਈ ਏਰੀਆਸ ਐਂਡ ਡੇਜ਼ਰਟ ਆਰ ਕਾਲਡ ਐਸ ਉਹਨੂੰ ਬੱਚੋ ਜ਼ੀਰੋ ਫਾਈਟਸ ਆਪਾਂ ਆਖਦੇ ਹਾਂ ਅਗਲੇ ਛੋਟੇ ਆਕਾਰ ਵਾਲੇ ਪੌਦੇ ਜਿਨ੍ਹਾਂ ਦਾ ਤਣਾ ਨਰਮ ਅਤੇ ਹਰਾ ਹੁੰਦਾ ਹੈ ਉਸ ਨੂੰ ਕੀ ਆਖਦੇ ਹਾਂ ਉਸ ਨੂੰ ਬੱਚੋ ਅਸੀਂ ਹਰਬਸ ਆਖਦੇ ਹਾਂ ਠੀਕ ਹੈ ਯਾਨੀ ਕਿ ਬੂਟੀ ਪਾਣੀ ਦਾ ਜੰਮਣਾ ਇਹ ਵਿੱਚੋਂ ਇੱਕ ਫਿਜ਼ੀਕਲ ਚੇਂਜ ਹੈ ਯਾਨੀ ਕਿ ਇੱਕ ਭੌਤਿਕ ਪਰਿਵਰਤਨ ਹੈ ਪੁਸਤਵਾਰ ਬਾਨਾ ਦੀ ਵਿੱਚ ਦੂਰੀ ਤੈਅ ਕਰਨ ਲਈ ਕਿਹੜਾ ਯੰਤਰ ਜਿਹੜਾ ਹੈ ਉਹਨੂੰ ਮਾਪਣ ਲਈ ਵਰਤਿਆ ਜਾਂਦਾ ਹੈ ਉਹ ਵਿੱਚ ਓਡੋਮੀਟਰ ਹੁੰਦਾ ਹੈ ਹਸਪਤਾਲਾਂ ਵਿੱਚ ਰੋਗੀ ਨਾਲ ਸੰਬੰਧਿਤ ਪ੍ਰੋਗਸ਼ਾਲਾ ਪ੍ਰਯੋਗਸ਼ਾਲਾਾਂ ਵਿੱਚ ਆ ਦੁਆਰਾ ਪੌਦੇ ਆ ਪੈਦਾ ਕੀਤੀ ਗਈ ਰਹਿਨ ਖੁੰਦ ਨੂੰ ਕੀ ਆਗਦੇ ਹਨ ਉਹਨੂੰ ਵਿੱਚੋਂ ਅਸੀਂ ਜੈਵ ਬਾਇਓਮੈਡੀਕਲ ਕੂੜਾ ਆਗਦੇ ਆ ਯਾਨੀ ਕਿ ਬਾਇਓਮੈਡੀਕਲ ਬੇਸਡ ਜੈਵਿਕ ਠੀਕ ਹੈ ਉਹ ਕਿਹੜੀ ਗੈਸ ਹੈ ਜੋ ਅੱਗ ਬੁਝਾਉਣ ਲਈ ਮਦਦ ਕਰਦੀ ਹੈ ਵਿੱਚੋਂ ਅੱਗ ਬੁਝਾਉਣ ਲਈ ਜਿਹੜੀ ਹੈ ਕਾਰਬਨ ਡਾਈਆਕਸਾਈਡ ਜਿਹੜੀ ਹੈਲਪ ਕਰਦੀ ਹੈ ਉਸ ਤੋਂ ਬਾਅਦ ਜਦੋਂ ਕਿਸੇ ਖਾਸ ਤਾਪਮਾਨ ਤੇ ਪਾਣੀ ਤੇ ਹੋਰ ਆ ਜਿਆਦਾ ਲੂਣ ਨਹੀਂ ਘੋਲਿਆ ਜਾ ਤਾਪਮਾਨ ਦੇ ਪਾਣੀ ਵਿੱਚ ਹੋਰ ਜਿਆਦਾ ਲੂਣ ਨਹੀਂ ਘੋਲਿਆ ਜਾ ਸਕਦਾ ਉਸ ਤਾਪਨ ਤੇ ਘੋਲ ਨੂੰ ਕੀ ਆਖਦੇ ਹਨ ਬੱਚੋ ਉਹਨੂੰ ਅਸੀਂ ਸੰਤ੍ਰਿਪਤ ਘੋਲ ਆਖਦੇ ਹਾਂ ਜਾਨੀ ਕਿ ਸੈਚੂਰੇਟਡ ਸੋਲੂਸ਼ਨ ਅਗਲਾ ਹੈ ਇੱਕ ਬੱਚਾ ਪੀਂਗ ਨਾਲ ਆਨੰਦ ਲੈ ਰਿਹਾ ਹੈ ਪੀਂਗ ਦੀ ਗਤੀ ਵਿੱਚੋ ਇੱਥੇ ਪੀਰੀਆਡਿਕ ਮੋਸ਼ਨ ਹੋਏਗਾ ਤਣੇ ਦੇ ਜਿਸ ਭਾਗ ਤੋਂ ਨਵੀਆਂ ਸ਼ਾਖਾਵਾਂ ਅਤੇ ਪੱਤੇ ਉੱਭਰਦੇ ਹਨ ਇਹ ਵਿੱਚੋ ਗੰਡ ਜਾਨੀ ਕਿ ਨੋਡ ਕਹਲੌਣਗੇ ਹਨ ਹੇਠ ਲਿਖਿਆ ਵਿੱਚ ਸਰਦ ਰੁੱਤ ਦੀ ਨੀਦ ਵਿਚ ਨਹੀਂ ਨੀਂਦ ਵਿੱਚ ਨਹੀਂ ਜਾਣ ਵਾਲਾ ਜਾਨਦੂ ਕਿਹੜਾ ਹੈ ਬੱਚੋ ਸੱਪ ਕੇਰਲੀ ਤੇ ਡੱਡੂ ਜਿਹੜੇ ਨੇ ਇਹ ਤੁਸੀਂ ਕੇਰਲੀ ਅੱਜ ਕੱਲ ਘਾਟੀ ਦੇਖਦੇ ਹੋ ਸਾਡੀਆਂ ਦਾ ਮੌਸਮ ਹੈ ਠੀਕ ਹੈ ਤੇ ਇਹ ਸਾਰੇ ਜਿਹੜੇ ਆ ਨੀਂਦ ਵਿੱਚ ਚਲੇ ਜਾਂਦੇ ਹਨ ਯਾਨੀ ਕਿ ਫਿਸ਼ ਰੈਪਟਾਈਲਸ ਹੋ ਗਏ ਐਮਫੀਬੀਅਨ ਹੋ ਗਏ ਇਹ ਸਾਰੇ ਹੀ ਬੱਚੋ ਜਿਹੜੇ ਨੇ ਇਹ ਹਿਬਰਨੇਸ਼ਨ ਸਟੇਟ ਦੇ ਵਿੱਚ ਚਲੇ ਜਾਂਦੇ ਹਨ ਪਰ ਚੀਤਾ ਜਿਹੜਾ ਹੈ ਇਹ ਵਿੱਚੋਂ ਹਿਬਰਨੇਸ਼ਨ ਚ ਨਹੀਂ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਇੱਕ ਖਾਸ ਤਰ੍ਹਾਂ ਦੀ ਕੈਂਚੀ ਨਾਲ ਬੀਡ ਤੋਂ ਉਸਦੇ ਵਾਲਾਂ ਦੀ ਵੱਖ ਕਰਨ ਦੀ ਵਿਧੀ ਨੂੰ ਕੀ ਆਖਦੇ ਹਨ ਵਿੱਚੋਂ ਜਦ ਉਤਾਰਨਾ ਯਾਨੀ ਕਿ ਸ਼ੇਅਰਿੰਗ ਪ੍ਰੋਸੈਸ ਹੁੰਦੀ ਹੈ ਇਹਨਾਂ ਵਿੱਚੋਂ ਕਿਹੜੇ ਟਾਈਪ ਦੀ ਵਿਨੇਸ਼ਨ ਹੈ ਵਿੱਚੋਂ ਜਾਲੀਦਾਰ ਵਿਨੇਸ਼ਨ ਹਨ ਠੀਕ ਹੈ ਉਸ ਤੋਂ ਬਾਅਦ ਸਾਨੂੰ ਪੀਣ ਯੋਗ ਪਾਣੀ ਦੀ ਵਰਤੋਂ ਬੜੀ ਆਸਾਨੀ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਧਰਤੀ ਉਤੇ ਉਪਲਬਧ ਪਾਣੀ ਜਿਹੜਾ ਤਾਜ਼ਾ ਪਾਣੀ ਹੈ ਵਿੱਚੋਂ 2% ਤੋਂ ਵੀ ਘੱਟ ਹੈ ਅਪ੍ਰੋਕਸੀਮੇਟਲੀ 3% ਉਹਦਾ ਆ ਜਾਂਦਾ ਹੈ ਅਗਲਾ ਹੈ ਵਿੱਚੋਂ ਅਸੀਂ ਅੱਜਕੱਲ੍ਹ ਲਗਭਗ ਹਰੇਕ ਕੰਮ ਕਰਨ ਲਈ ਬਿਜਲੀ ਦੀ ਵਰਤੋਂ ਕਰਦੇ ਹਾਂ ਤੇ ਸਰਕਟ ਦਾ ਵਿੱਚੋਂ ਤੋੜਨਾ ਤੇ ਜੋੜਨ ਦੇ ਲਈ ਜੋ ਉਪਕਰਣ ਵਰਤੇ ਜਾਂਦਾ ਹੈ ਉਸ ਨੂੰ ਸਵਿੱਚ ਆਖਦੇ ਹਾਂ ਅਗਲਾ ਵਿੱਚੋਂ ਹੈ ਘੋੜਾ ਸ਼ਾਕਾਹਾਰੀ ਹੈ ਤੇ ਘਰੇਲੂ ਜਾਨਵਰ ਹੈ ਇਸ ਦੀ ਔਸਤ ਉਮਰ ਜਿਹੜੀ ਹੈ 25 ਤੋਂ 30 ਸਾਲ ਹੁੰਦੀ ਹੈ ਪਸਲ ਪਿੰਗਲੀ ਪਸ ਪਤਲੀ ਆਂਚ ਪਟੀਆਂ ਅਤੇ ਮੂੜੀਆਂ ਹੋਈਆਂ ਹੱਡੀਆਂ ਦੇ ਡੈਸ਼ ਜੋੜਿਆਂ ਨਾਲ ਬਣਦਾ ਹੈ ਰਿਬ ਕੇਜ ਜਾਨੀ ਕਿ ਇਟਸ মেড अप ਆਫ ਡੈਸ਼ ਪੇਅਰ ਠੀਕ ਹੈ ਕਿੰਨੇ ਪੇਅਰ ਹੁੰਦੇ ਨੇ ਵਿੱਚੋਂ ਡੈਸ਼ ਪੇਅਰ ਤੇ ਇਹ ਵਿੱਚੋਂ 12 ਇਹਦਾ ਆਨਸਰ ਆਏਗਾ 12 ਪੇਅਰ ਜਿਹੜੇ ਹੁੰਦੇ ਨੇ ਨਾਰੀਅਲ ਦੇ ਬਾਰੀ ਜਿਹੜੇ ਭਾਗ ਆ ਰੇਸ਼ੇਦਾਰੋਂ ਨਾਰੀਅਲ ਰੇਸ਼ੇ ਆਖਦੇ ਹਨ ਯਾਨੀ ਕਿ ਕੋਇਰ ਤੇ ਵਿੱਚੋਂ ਇਹ ਸੋਲਰ ਇਕਲਿਪਸ ਦਾ ਚਿੱਤਰ ਜਿਹੜਾ ਹੈ ਉਹ ਸ਼ੋ ਹੋ ਰਿਹਾ ਹੈ ਠੀਕ ਹੈ ਸੋਲਰ ਇਕਲਿਪਸ ਮਤਲਬ ਕਿ ਸੂਰਜ ਨੂੰ ਗ੍ਰਹਿਣ ਹੈ ਲੱਗ ਗਿਆ ਹੈ ਠੀਕ ਹੈ ਜੀ ਤਾਂ ਇਹ ਸਿਗੇ ਵਿੱਚੋਂ 30 ਕੁਐਸਚਨ ਤੁਹਾਡੇ 6th ਕਲਾਸ ਦੇ ਤੋਂ ਆਪਣੇ ਆਪਣੇ ਕਮੈਂਟ ਬਾਕਸ ਦੇ ਵਿੱਚ ਵਿੱਚੋਂ ਸਾਰਿਆਂ ਨੇ ਆਪਣੇ ਮਾਰਕਸ ਜਿਹੜਾ ਸ਼ੇਅਰ ਕਰਨੇ ਕਿ ਕਿੰਨੇ ਅਨਸਰ ਤੁਹਾਡੇ ਸਹੀ ਹੋਏ ਨੇ ਇਹਨਾਂ ਨੂੰ ਵਿੱਚੋਂ ਸਾਰਿਆਂ ਨੇ ਨੋਟ ਕਰ ਲੈਣਾ ਹੈ ਅਗਲੇ ਫਿਊਚਰ ਵਿੱਚ ਵੀ ਤੁਹਾਡੇ ਕੁਐਸਚਨ ਕਮ ਆਉਣ ਵਾਲੇ ਨੇ ਥੈਂਕ ਯੂ